ਰਾਤਰੀ ਤੋਂ ਮਾਮਾ ਆਇਆ ਜਾ ਦੁਆਲਿਆ ਠੰਡਾ ਲੱਭਾ ਆਇਆ ਲਿਆ ਪਿਆ ਆਪਣੂੰ ਗੱਬੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਬਾਈ ਹੁਣੀ ਆਪਣੇ ਆਏ ਦਿਲਦਾਰ ਬੰਦੇ ਆ ਯਾਰ ਭਰਾਵਾਂ ਦੇ ਭਰਾ ਆ ਤੇ ਨਾ ਦੇਖ ਲਓ ਬਈ ਪਰਮਾਤਮਾ ਨੇ ਜਿੱਦਾਂ ਕਹਿੰਦੇ ਹੁੰਦੇ ਆ ਜੇ ਆਵਾਜ਼ ਨਹੀਂ ਦਿੱਤੀ ਤਾਂ ਸੁਣਨ ਨੂੰ ਨਹੀਂ ਦਿੱਤਾ ਅਤੇ ਉਹਨੇ ਵਾਹਿਗੁਰੂ ਨੇ ਦਿਲ ਦਿੱਤਾ ਬਾਈ ਹੁਣਾਂ ਦਾ ਇੰਨਾ ਵੱਡਾ ਦਿਲ ਆ ਨਾ ਅਤੇ ਭਰਾ ਮਿਲਣ ਆਏ ਆ ਅੱਜ ਰੂਹ ਖੁਸ਼ ਹੋ ਗਈ ਆ ਕਿ ਭਰਾ ਸਾਡੇ ਸਾਨੂੰ ਦੇਖ ਕੇ ਵੀਡੀਓ ਫੀਲ ਕਰਕੇ ਉਹਨਾਂ ਨੂੰ ਖੁਸ਼ ਹੁੰਦੇ ਆ ਅਤੇ ਬਹੁਤ ਦਿਲ ਨੂੰ ਖੁਸ਼ੀ ਮਿਲੀ ਹੈ ਕਿ ਐਡੀ ਦੂਰੋਂ ਸਾਨੂੰ ਆ ਕੇ ਮਿਲਣ ਆਏ ਆ ਅਤੇ ਨਾ ਭਰਾ ਹੁਣ ਬੋਲ ਸਕਦੇ ਨਾ ਸੁਣ ਸਕਦੇ ਫਿਰ ਵੀ ਉਹ ਵੀਡੀਓ ਨੂੰ ਫੀਲ ਕਰਕੇ ਮਤਲਬ ਸਾਨੂੰ ਮਿਲਣ ਆਏ ਆ ਅਤੇ ਬਹੁਤ ਦਿਲ ਨੂੰ ਖੁਸ਼ੀ ਆ ਅਤੇ ਲਵ ਯੂ ਬਰੋ ਜੇ ਤੁਹਾਡੇ ਵਰਗੇ ਭਰਾ ਸਾਨੂੰ ਪਿਆਰ ਕਰਦੇ ਕਿੱਥੇ ਅਸੀਂ ਦੱਬ ਜਾਵਾਂਗੇ ਹੈ ਨਾ ਅਤੇ ਸਿੱਧੂ ਬਾਈ ਦੇ ਐਡੇ ਤਗੜੇ ਫੈਨ ਆ ਅਤੇ ਬਾਈ ਨੇ ਫੋਟੋਆਂ ਦਿਖਾਈਆਂ ਸਾਨੂੰ ਅਤੇ ਬਾਈ ਨੇ ਪੂਰੀ ਆਪਣੀ ਬਾਂਹ ਦੇ ਸੈੱਟ ਵੀ ਬਣਾਇਆ ਆ ਬਾਈ ਦਾ ਅਤੇ ਸਿੱਧੂ ਮੂਸੇ ਵਾਲਾ ਲਵ ਯੂ ਬਰੋ ਅਤੇ ਬਹੁਤ ਦਿਲਦਾਰ ਬੰਦੇ ਆ ਦੇਖੋ ਹਾਰ ਨਹੀਂ ਮੰਨਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਇੱਥੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਬਹੁਤ ਕੁਝ ਜ਼ਿੰਦਗੀ ਦਾ ਅਤੇ ਚਲੋ ਵਾਹਿਗੁਰੂ ਮਿਹਰ ਕਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਲੋਂ ਰਿਸਪੈਕਟ ਹੈ ਬਰੋ ਲਵ ਯੂ ਬਰੋ ਯਾਰ ਠੀਕ ਹੈ ਲਵ ਯੂ ਲਵ ਯੂ ਰਾਤਰੀ ਤੋਂ ਮਾਮਾ ਆਇਆ ਜਾ ਦੁਆਲਿਆ ਠੰਡਾ ਲੱਭਾ ਆਇਆ ਠੰਡਾ ਲਾਇਆ ਹੋਰ ਮਾਮਾ ਕਿੱਦਾਂ ਜੇ ਹਿਸਾਬ ਦਾ ਲੱਗ ਰਿਹਾ ਦਾ ਲੱਗਾ ਨਿਮਕਾ ਬਣਾਓ ਨਿਮਕਾ ਹੀ ਬਣਾ ਲੈਣਾ ਆ ਸਾਡਾ ਭਰਾ ਆਇਆ ਹੈ ਸਾਡਾ ਭਰਾ ਆਇਆ ਸੀ ਨਿਮਕਾ ਹੀ ਬਣਾ ਦੇਣਾ ਹਾਂ ਅਸੀਂ ਮਸੀ ਨਾਲ ਗੋਲਡ ਕਾਫੀ ਫ੍ਰੈਂਚ ਫਰਾਈਆਂ ਪਾਰੀ ਪੈਰੀ ਜ਼ਿੰਦਗੀ ਚ ਤੂੰ ਕਿਹੜੇ ਹਿਸਾਬ ਨਾਲ ਆ ਗਿਆ ਯਾਰ ਤੇਰਾ ਵੀ ਮਾਮਾ ਇਹੀ ਆ ਆਹੋ ਤੈ ਮਾਮੇ ਦਾ ਬੂਬਾ ਦੇਖਣਾ ਦੇ ਨਹੀਂ ਮਾਂ ਮਾਸੜ ਦਾ ਬੂਬਾ ਦੂਜਾ ਲੱਭੇ ਕਰਕੇ ਲੱਭੇ ਤੇਲ ਚਵਾਇਆ ਨੀ ਉਹ ਗੱਲਾਂ ਚ ਵੀਰ ਨੇ ਆ ਕੋਟੇ ਕੋਟਾ ਵੀਰ ਆ ਜਾਂਦੀ ਆ ਲੈਂਪਾ ਮੇਲਾ ਕਿਤੇ ਤੇਰੀ ਭੈਣ ਦਾ ਬਿਮਾਰ ਹੋਈ ਕਿਤੇ ਤੂੰ ਨਾ ਹੋ ਪਦ ਬੁੱਧ ਮਾਰ ਕੇ ਇਹਨੇ ਮੂੰਹ ਤੇ ਕੱਪੜਾ ਕਾਹਦੇ ਰੱਖਿਆ ਨੱਕ ਤੇ ਕੱਪੜਾ ਕਾਹਦੇ ਪਾ ਦਾ ਸਾਰੇ ਪਿੰਡ ਦਾ ਮਾਮਾ ਇਹਨੂੰ ਮੇਰੀ ਗੱਲ ਸੁਣ ਹਾਂ ਦੱਸ ਪੁੱਜਾ ਇਹ ਦੂਜਾ ਹੋ ਗਿਆ ਕੀ ਕਹਿਣਾ ਸੁਣਾ ਹੈ
ਅੱਗੇ ਨਾਲ ਤਾਂ ਬਹੁਤ ਆ ਕੀ ਗੱਲ ਇਹ ਮਾਰੇ ਖਰਾਕ ਬਹੁਤ ਤਗੜੀ ਖੜਾਈ ਆ ਉਹਨੂੰ ਉਹਨੇ ਬਚਾ ਕੀਤਾ ਫਿਰ ਸਹੀ ਗੱਲ ਆ ਮੈਂ ਉਹ ਨਹੀਂ ਸਾਨੂੰ ਭੁੱਲੂ ਸੇਮੋ ਦਾ ਮਾਏ ਤੇ ਇੱਥੇ ਆ ਇੱਥੇ ਗੁੱਡੀ ਗੱਲ ਹੱਸਦੀ ਦੰਦਾਂ ਬਹੁਤ ਹੱਸਦੀ ਬੁੱਲੀ ਤੂੰ ਕਦੋਂ ਮੇਰੀ ਹੱਥ ਕਈ ਗੱਲੋਂ ਹੱਸੀਆਂ ਬੁੱਲੀਆਂ ਚ ਦਰਵਾਜੇ ਦੇ ਅੰਦਰ ਕੁੱਠ ਕੁੱਠ ਕਾਹਦੇ ਹੁਣ ਆਹ ਉਹ ਤਾਂ ਸਿੱਧਾ ਹੀ ਤਿਆਰ ਹੋ ਜਾਓ ਵਿਆਹ ਕਰਨਾ ਮੁੰਡੇ ਦਾ ਰਾਤੀ ਇਹਨੂੰ ਨਾ ਚੇਤੇ ਕਰ ਸੜਾ ਆ ਗਿਆ ਫੇਰ ਉਹੀ ਸਰਾਣੇ ਭਰਾ ਭੈਣਾਂ ਚੇਤੇ ਕੀਤਾ ਭਰਾ ਆ ਗਿਆ ਜੇ ਕਿਤੇ ਮੇਰਾ ਰਿਸ਼ਤਾ ਮੰਗ ਲੈਂਦੀ ਕਿਤੇ ਇੱਦਾਂ ਚੇਤਾ ਕਰਕੇ ਤਾਂ ਸਾਲਾ ਸਵੇਰ ਨੂੰ ਕੁੜੀ ਵਾਲੇ ਨਾ ਆਏ ਹੁੰਦੇ ਤੇਰੀ ਭੈਣ ਦੇ ਘਰ ਦੇ ਪਾਟੇ ਆ ਤੂੰ ਉੱਚੀ ਕਿਉਂ ਬੋਲਦਾ ਇੰਨਾ ਕੋਟ ਕਿਉਂ ਉੱਚਾ ਆਪਣਾ ਬੇਸ ਕਿਉਂ ਉੱਚੀ ਰੱਖਦਾ ਆ ਮਾਮਾ ਮੇਰੀ ਆਵਾਜ਼ ਮਾਮਾ ਮੇਰੀ ਗੱਲ ਸੁਣ ਅੱਜ ਤੂੰ ਆ ਗਿਆ ਹੁਣ ਵਿਆਹ ਅਸੀਂ ਪਹਿਲਾਂ ਕਰਾਂਗੇ ਕਿ ਤੇਰਾ ਹੋਵੇ ਪਹਿਲਾਂ ਤੇਰਾ ਤਾਂ ਹੋਇਆ ਆ ਮਾਮੀ ਕਿੱਥੇ ਮਾਮੀ ਦਿਖਾਈ ਜਿਹੜੀ ਆ ਹੈ ਉਹ ਨਹੀਂ ਦਿਖਾ ਦੇਣੀ ਵਿਆਹ ਚ ਦਿਖਾਵਾਂਗੇ ਵਿਆਹ ਚ ਪੱਕੀ ਗੱਲ ਨਹੀਂ ਹੈ ਕਿੱਥੇ ਕਰਾਂਗੀ ਆ ਕਿੱਥੇ ਆ ਵੇ ਉੱਪਰ ਯਾਰ ਮਾਸੀ ਯਾਰ ਛੜਾ ਤਾਂ ਉਹਨੂੰ ਕਹਿੰਦੇ ਜਿਹਦਾ ਵਿਆਹ ਨਾ ਹੋਇਆ ਹੋਵੇ ਮੇਰਾ ਤਾਂ ਵਿਆਹ ਹੋਇਆ ਆ ਤੂੰ ਸੜਾ ਕਾਹਦਾ ਤੂੰ ਛੜਾ ਕਿੱਦਾਂ ਕਹਿਤਾ ਨਹੀਂ ਇਹ ਸੜਾ ਨਹੀਂ ਯਾਰ ਮਾਸੀ ਸੜਾ ਨਹੀਂ ਹੈਗਾ ਇਹ ਨਹੀਂ ਨਹੀਂ ਫੇ ਕੀ ਬੈਚਲਰ ਸਾਡੇ ਪਹਿਲਾਂ ਵੀ ਬਜ਼ੁਰਗਾਂ ਦੇ ਵਿੱਚ ਛੜੇ ਹੀ ਹੁੰਦੇ ਸੀ ਤਿੰਨ ਚਾਰ ਛੜੇ ਸੀ ਬਾਬੇ ਦਾਦਿਆਂ ਦੇ ਵਿੱਚ ਲੈ ਜਿਹੜੀ ਆਪਾਂ ਨੂੰ ਚੰਨੇ ਦੇ ਉਹ ਕਿਹੜੀ ਆਈ ਜ਼ਮੀਨ ਉਹ ਵੀ ਛੜਾ ਸੀ ਚੈਨ ਦੀ ਚੈਨ ਦੀ ਉਹ ਵੀ ਛੜਾ ਸੀ ਦੋ ਤਿੰਨ ਹੋਰ ਛੜੇ ਸੀਗੇ ਬਾਅਦ ਚ ਮਾਮਾ ਤੂੰ ਰੀਤ ਸ਼ੁਰੂ ਕਰਤੀ ਉਹਦਾ ਭਾਣਜੇ ਨਾਲ ਸ਼ੁਰੂ ਕਰ ਲੈਣ ਮਾਮਾ ਸ਼ਾਮ ਨੂੰ ਠੇਕੇ ਤੇ ਹੁੰਦਾ ਕੋਈ ਠੇਕੇ ਤੇ ਨੀ ਉਹ ਕਹਿੰਦੀ ਠੇਕੇ ਤੇ ਹੁੰਦਾ ਕਹਿੰਦੀ ਮੂੰਹ ਤੇ ਕਰਾ ਕਿਹੜੀ ਕਹਿੰਦੀ ਦੱਸ
ਤੇਰੀ ਸਹੇਲੀ ਕਹਿੰਦੀ ਮਾਮਾ ਠੇਕੇ ਤੇ ਹੁੰਦਾ ਨਿਆਣੇ ਪ੍ਰੈਸ਼ਰ ਪੈ ਰਿਹਾ ਸੀ ਤੈਨੂੰ ਪਤਾ ਅਸੀਂ ਇੰਨੇ ਇੰਨੇ ਕਹਿੰਦੇ ਤੂੰ ਸੈਡ ਸੌਂਗ ਲਾ ਕੇ ਧਰਮਪ੍ਰੀਤ ਲਾਇਆ ਹੁੰਦਾ ਸੀ ਸਾਈਕਲ ਤੇ ਜਾਂਦਾ ਹੁੰਦਾ ਮੈਨੂੰ ਪਤਾ ਇਹ ਆਪਣੀ ਲਵ ਸਟੋਰੀ ਅੱਜ ਕੁੜੀ ਨੇ ਮੇਰੇ ਨਾਲ ਦੀ ਚੁੰਨੀ ਲਈ ਆ ਮੈਨੂੰ ਸਾਰਾ ਪਤਾ ਨਹੀਂ ਸੱਚੀ ਗੱਲ ਆ ਮੰਮੀ ਦੱਸਦੇ ਇਹੀ ਪ੍ਰੈਸ਼ਰ ਸਾਡੇ ਪੈ ਰਿਹਾ ਸੀ ਉਹ ਪਤਾ ਨੀ ਖੜਿਆ ਯਾਰ ਉਦਾਂ ਦੇਖ ਲੈਂਦੀ ਕਹਿੰਦਾ ਚੁੰਨੀ ਮੇਰੇ ਨਾਲ ਦੀ ਲਈ ਆ ਜਿਹੜੀ ਨਾਲ ਦੀ ਕਹਿੰਦਾ ਮੈਂ ਸ਼ਰਟ ਪਾ ਕੇ ਜਾਂਦਾ ਉਸ ਨਾਲ ਦੀ ਚੁੰਨੀ ਲੈਂਦੀ ਆ ਦੇਖਦਾ ਸਹੀ ਦੇਖਦਾ ਸਹੀ ਕੀ ਮਤਲਬ ਸਾਡਾ ਲੱਭਾ ਇੱਦਾਂ ਦਾ ਨੀ ਸਾਡਾ ਭਰਾ ਖਾਂਦਾ ਪੀਂਦਾ ਨੀ ਸੀ ਗੋਭੀ ਸੌਖਣਾ ਖਾਂਦੇ ਪੀਂਦੇ ਰਜਵਾੜਿਆਂ ਦੇ ਘਰਾਂ ਦੀ ਧੀ ਲੱਗ ਗਈ ਕਿ ਛੜਿਆਂ ਦੀ ਪਰੌਠੇ ਘੱਟ ਖਾ ਲਾਂਦੀ ਹੁਣ ਦੋ ਖਾ ਦੱਸ ਇੱਥੇ ਇੱਦੇ ਰੱਖ ਗੋਪੀ ਮੇਰਾ ਬੀਪੀ ਦੇਖਣਾ ਤਾਂ ਦੇਖ ਆ ਲੈ ਲਾ ਤੇਰੀ ਕੱਲੀ ਕੱਲੀ ਨਾੜ ਚੀਕ ਚੀਕ ਕਹਿੰਦੀ ਹੈ ਮੋਹਨ ਆਈ ਲਵ ਯੂ ਮੋਹਨ ਆਈ ਮਿਸ ਯੂ ਚੱਲ ਜਾਣਾ ਹੋਰ 10 ਮਿੰਟ ਆ ਤੂੰ ਦੇਖ ਤਾਂ ਪਹਿਲੇ ਮੇਰੇ ਬੀਪੀ ਦੇਖ ਜਾ ਗੋਪੀ ਤੂੰ ਬੀਪੀ ਛੱਡ ਜਾਂ ਤੇਰੀ ਸਾਲੀ ਨਾੜ ਦੇਖਣ ਦੇ ਤੇਰੀ ਆ ਦੇਖ ਲਾ ਤੇਰੀ ਕੱਲੀ ਕੱਲੀ ਨਾੜ ਤੇਰਾ ਰੋਮ ਰੋਮ ਕਹਿ ਰਿਹਾ ਮੋਹਨ ਆਈ ਲਵ ਯੂ ਮੋਹਨ ਆਈ ਮਿਸ ਯੂ 5 ਮਿੰਟਾਂ ਚ ਮੋਹਨ ਕੋ ਪਹੁੰਚ ਜਾਣਾ ਇੰਨਾ ਚੇਤੇ ਨਾ ਤੇਰੀ ਨਾੜ ਨੂੰ ਜਾਂ ਆ ਦੇਖ ਲਾ ਆ ਦੇ ਆਵਾਜ਼ ਆਉਂਦੀ ਘਬਰਾਹਟ ਜੀ ਪਿਆ ਮੈਂ ਤੂੰ ਬੀਪੀ ਦੇਖ ਦੇ ਬੀਪੀ ਚੱਲਦਾ ਪਿਆ ਵਾ ਮੈਂ ਕਿਹੜਾ ਇੱਥੇ ਬੀ ਐਚ ਡੀ ਕੀਤੀ ਆ ਮੈਂ ਲਾਭ ਤੁਹਾਡੇ ਵਰਗਾ ਆਇਆ ਸਿੱਲਾਂ ਵਾਲੀ ਮਸ਼ੀਨ ਆ ਜਿੱਥੇ ਬੀਬੀ ਚ ਯਾਰ ਤੁਸੀਂ ਚੁੱਪ ਕਰ ਜਾਓ ਘਰ ਚ ਕੱਲਾ ਕੱਲਾ ਸਾਲਾ ਮਰੀਜ਼ ਆ ਬਾਹਰ ਪਿਆ ਇੱਕ ਇੱਕ ਓਏ 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 ਕੱਟ ਗਿਆ
ਓਏ ਘਟ ਗਿਆ ਘਟ ਗਿਆ ਬੀਪੀ ਜਦ 100 ਰਹਿ ਗਿਆ ਮਸ ਗੁੱਡੀ ਤੇਰਾ 100 ਬੀਪੀ 100 ਰਹਿ ਗਿਆ ਤੇਰਾ ਘਟਦਾ ਤੇਰੀ ਭੈਣ ਦਾ ਵੱਧਦਾ ਤੁਹਾਡੇ ਟੱਪਰ ਨੇ ਪਖੰਡ ਕੀ ਘਾਲਿਆ ਕੋਈ ਇੱਕ ਟੱਪਰ ਦੇ ਵਿੱਚ ਜੀ ਹੈਗਾ ਜਿਹਨੂੰ ਸਹੀ ਕੁਝ ਮੇਨਟੇਨ ਹੋਵੇ ਭਰਾ ਦੇ ਤੇਰੇ ਤੇ ਗਲੇ ਥੱਲੇ ਢੱਗ ਐਲਟਾ ਬਣਿਆ ਆ ਮਾਸੀ ਇਦਾਂ ਸਾਰਾ ਟੱਬਰੇ ਮਰੀਜ਼ਾਂ ਦਾ ਸਾਡੇ ਬੁੜੇ ਦੇ ਪੱਲੇ ਪੈ ਗਿਆ ਸੀ ਕੀ ਹੋਇਆ ਹੱਸ ਦੇ ਉਹ ਜ਼ਿਆਦੇ ਘੱਟ ਆ ਉਹ ਜ਼ਿਆਦੇ ਘੱਟ ਆ ਜ਼ਿਆਦੇ ਘੱਟ ਆ ਲੱਤਾਂ ਸਿੱਧੀਆਂ ਲਾ ਮਾਸੀ ਮੂੰਹ ਨੂੰ ਫੋਟੋ ਭੇਜ ਦਵਾਂ ਲੱਤਾਂ ਸਿੱਧੀਆਂ ਕਰਕੇ ਦੁਬਾਰਾ ਕਰ ਰਾਣਾ ਦੇਖ ਤੂੰ ਰਾਣਾ ਵਾਲੇ ਕਿਹੜੀ ਉੱਥੇ ਮੈਂ ਕਿਹਾ ਲੱਗੀ ਆ ਕਿਤੇ ਰਾਣਾ ਤੂੰ ਦੇਖ ਬੀਪੀ ਇੰਨੀ ਰੌਲਾ ਪਾਉਣਾ ਨਹੀਂ ਕਰਨਾ ਰਾਣਾ ਲੱਗੀ ਆ ਕਿਤੇ ਰੋੜੇ ਦੇ ਜਿਹੜੀ ਰਾਣਾ ਚੈੱਕ ਕਰੂਗੀ ਬੀਪੀ ਰਾਣਾ ਦੇਖ ਲੈ ਰਾਣੋ ਦੇ ਕੰਨ ਦੁਖਦਾ ਤੁਸੀਂ ਨਾ ਰੋਲਾ ਹੁਣ ਮਰ ਜਾਣੇ ਮੇਰੀ ਬਾਹ ਤੇਰੇ ਮਜ਼ਾ ਯਾਰ ਦਾਵਾ ਵਾ ਇਹ ਭਰ ਦੇ ਮੈਂ ਹਵਨ ਮੇਰੀ ਬਾਹ ਘੁੱਟ ਘੁੱਟ ਕੇ ਨੀ ਮੇਰੀ ਕੀ ਤੇਰੀ ਪਲਮ ਦੜਾ ਦੇਣੀ ਆ ਐਦਾਂ ਕੁੜੀਏ ਬੀਬੀ ਬੂਬੀ ਨੀ ਚੈੱਕ ਹੁੰਦੇ ਜਿਹਦਾ ਤੂੰ ਉਹ ਯਾਰ ਅੱਧਾ ਬੀਬੀ ਨੀ ਸਹੀ ਹੋਣਾ ਜਾਂ ਬੋਲਦੇ ਪੁੱਠੇ ਹੋ ਗਏ ਮਾਸੀ ਤੇਰੇ ਗੇੜੇ ਪੁੱਠੇ ਹੋ ਗਏ ਬੋਲੀ ਜਾਣ ਮਾਸੀ ਬੋਲਣਾ ਬੋਲਣਾ ਤੇਰੇ ਗੇੜੇ ਪੁੱਠੇ ਚੱਲ ਪਏ ਆ ਚੱਲ ਮਾਸੀ ਸ਼ੁਰੂ ਕਰ ਚੱਲ ਪਿਆ ਐਵੇਂ ਸ਼ੁਰੂ ਕੀ ਕਰਨਾ ਹਲੇ ਸ਼ੁਰੂ ਕਰਤੀ ਛੋਟੇ ਕੱਦ ਵਾਲਿਆਂ ਦਾ ਵੀ ਆਹੀ ਹੋਲਾ ਬੈਠ ਪਤਾ ਹੀ ਲਾਦਾ ਕਿੱਥੇ ਕਿੱਥੇ ਬੈਠੇ ਆ ਉਹ ਤਾਂ ਤਾਰੇ ਦੀ ਘਰ ਵਾਲੀ ਚੱਲ ਸੂਈ ਸੂਈ ਕਰਦੀ ਆ ਕਿਤੇ ਸੂਈ ਲੱਗ ਰਹੀ ਆ ਤੈਨੂੰ ਤਾਂ ਮਜ਼ਾ ਆਉਂਦਾ ਉਹ ਬੀਪੀ ਵਾਲੀ ਪਟਾ ਲੱਤ ਲਾ ਚੱਲ ਗੋਲੀ ਲੱਗਣੀ ਆ ਮੇਰੇ ਕੋਲੇ ਰਾਣੋ ਰਾਣੋ ਹੁਣ ਇੱਥੇ ਕੀ ਕਰੇ ਓਹਨੂੰ ਇੱਥੇ ਲਿਆ ਪੈਪ ਨੂੰ ਗੱਬੇ ਇੱਥੇ ਰੱਖ ਚੱਕ ਲੈ ਮੇਰੀ ਬਾਂਹ ਦੁਖਦੀ ਆ ਇੱਕ ਮਿੰਟ ਚਾ ਹੁਣ ਹੱਸਣਾ ਨੀ ਮਾਸੀ ਹੁਣ ਬੋਲੀ ਨਾ ਫਿਰ ਬੀਪੀ ਗਲਤ ਹੋ ਜਾਣਾ ਚੱਲ ਗੋਪੀ ਸ਼ੁਰੂ ਕਰ ਸ਼ੌਂਕ ਨਾ ਰੱਖਿਆ ਆ ਜਿਹੜਾ
ਚੱਲ ਚੱਲ ਗੋਪੀ ਉਹਨੂੰ ਬੁਲਾਈ ਨਾ ਹੁਣ ਗੋਪੀ ਮੇਰਾ ਬੀਪੀ ਚੈੱਕ ਕਰ ਦੇ ਚੱਲ ਮੈਂ ਚਾਕਲੇਟ ਲੈ ਕੇ ਆਈ ਹਾਏ ਹਾਏ ਗੋਲੀ ਲੱਗਣਿਆ ਤਾਂ ਇੱਥੇ ਛੁਰੀ ਲਾਉਣੀ ਆ ਕੀ ਹੋਇਆ ਦੇਖੀ ਦੇਖਦੇ ਮੈਂ ਨੀ ਇਹਨੂੰ ਕਹਿ ਚਾਹ ਬੋਲੀ ਨਾ ਚੁੱਪ ਰਹਿਣਾ ਮੇਰੀ ਗੱਲ ਸੁਣ ਗੋਪੀ ਜੇ ਤਾਂ ਚੈੱਕ ਕਰਨਾ 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 ਤਾਂ ਤਾਂ ਮੇਰੀ ਬਾਂਹ ਫੁੱਕਣੀ ਹਸਪਤਾਲ ਜਾਣ ਜੋਗੀ ਕਰ ਦਿੱਤੀ ਚੋਕਲੇਟ ਦੇ ਜਾ ਤਾ ਪਹਿਲਾਂ 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 ਓ ਪਹਿਲਾਂ ਬੀਬੀ ਦਾ ਕਿਆ ਕਰ ਲਿਆ ਪਤੋ ਲੱਗੇ ਆ ਆ ਗੱਲ ਤੇ ਗੱਲ ਕਟਾ ਬੇ ਹਟ ਜਾ ਵੇ ਪਾਪੀਆ ਇੱਕ ਮਿੰਟ ਦੋ ਚਟਕੀ ਸੰਦੂਰ ਕੀ ਤੂੰ ਇੱਕ ਮਿੰਟ ਗੋਪੀ ਹਟ ਜਾ ਮਾਸੀ ਇਹਨਾਂ ਬਾਹ ਤੋਂ ਲੈ ਇਹਨਾਂ ਸਹੀ ਹੋਣਾ ਮੈਂ ਨਹੀਂ ਨਾ ਮੈਂ ਨਹੀਂ ਖਾਣਾ ਖਾਂਦਾ ਲੱਗ ਮੈਨੂੰ ਉਲਟੀ ਆਉਂਦੀ ਆ ਓਗਾ ਮਾਸੀ ਲੈ ਲਿਆਂਦਾ ਸੀਗਾ ਬੀਬੀ ਘਾਟ ਕਾਲ ਨੂੰ ਤੂੰ ਖਾ ਲੈ ਉਹ ਖਾ ਲੇਗਾ ਮਾਸੀ ਦੋ ਬੁੰਦਾ ਫਿਰ ਦੋ ਬੂੰਦ ਬੁੱਲਣਾ ਦੇ ਮੈਂ ਨਹੀਂ ਉਹ ਲੂਣ ਮੈਂ ਪਾਉਣਾ ਹੀ ਨਹੀਂ ਪਹਿਲਾਂ ਬੀਬੀ ਦਾ ਚੈੱਕ ਕਰ ਲਓ ਜਾਨ ਸਰ ਉਹ ਬੀਬੀ ਦਾ ਚੈੱਕ ਕਰ ਲਾ ਯਾਰ ਮਾਸੀ ਮੇਰਾ ਬੀਪੀ ਚੈੱਕ ਕਰ ਦੇ ਮੈਨੂੰ ਠਾਲ ਤਾਂ ਸਹੀ ਕਿਸੇ ਪਾਸੇ ਗੋਲੀ ਲੱਗਣ ਮੈਂ ਮਾਰ ਕੇ ਹੀ ਆ ਬੀਬੀ ਦਾ ਬੰਦ ਪਿਆ ਬੀਬੀ ਦਾ ਚੈੱਕ ਕਰ ਲੋ ਮਾੜਾ ਜਿਹਾ ਪੀਣਾ ਮੇਰੇ ਆ ਹੁਣ ਮਾਸੀ ਬੋਲਣਾ ਨੀ ਤੂੰ ਸਹੀ ਹੋਣਾ ਚੱਲ ਸਿੱਧੀ ਕਰ ਦੇ ਚੱਲ ਦੱਬ ਦੇ ਅਸੀਂ ਬੋਲੀ ਨਾ ਹੀ ਹੱਸੀ ਇਹਨੂੰ ਕਰੀ ਜਾਂਦਾ ਸੀ ਉਹ ਕਰਦਾ ਲੈਮਕਾ ਨਾਲੇ ਤੇਰੇ ਮੂੰਹ ਨੂੰ ਲਾ ਦੇਣਾ ਜੇ ਬੀਪੀ ਸਾਲਾ ਘਟਿਆ ਹੋਇਆ ਲੂਣ ਲਿਆ ਵਿੱਚ ਕਾਲਾ ਲੂਣ ਪਾ ਕੇ ਨਹੀਂ ਲੱਭੇ ਨਾ ਮੁੰਦੀ ਦਾ ਰੌਲਾ ਪਾ ਲਾ ਨਹੀਂ ਆਇਆ ਕਹਿੰਦਾ ਮੁੰਦੀ ਲਿਆ ਮੇਰੀ ਗੱਲ ਸੁਣ ਮੈਂ ਨੀ ਨਨਕਾ ਪੀਣਾ ਕਿੱਦਾਂ ਪੀਣਾ ਮੈਂ ਆਪੇ ਉੱਠ ਕੇ ਪੀਊਂਗੀ ਮੈਂ ਹੁਣ ਬੰਦਾ ਮੈਂ ਮੁੰਦੀ ਲੈਣੀ ਆ
ਸਾਡੇ ਵਿਆਹ ਦੇ ਕੋਈ ਚਾਂਸ ਨੀ ਬਣਦੇ, ਉਹ ਕਹਿੰਦਾ ਮੁੰਦੀ ਮੁੰਦੀ ਲੈਣੀ ਆ ਮੈਂ ਯਾਰ ਉਹਦੇ ਤੇ ਰਹਿਣਾ ਸਾਲ ਏਦਾਂ ਦੀ ਬਾਂਦਰ ਪੁੱਤੀ ਆ ਕੁੜੀ ਦੇ ਦੇਣੀ ਕਿਸੇ ਦੇ ਉਹ ਥੋੜੀ ਆ ਚੁੱਪ ਹੱਸਣਾ ਨੀ ਹੁਣ ਚੰਦ ਸ਼ੁਰੂ ਕਰ ਹੁਣ ਹੁਣ ਚੁੱਪ ਏਦਾਂ ਦੇ ਜੇ ਮੈਨੀਆਂ ਨੇ ਹਾਰ ਨਾ ਕਰ ਦਿੱਤੀ ਫੇਰ ਚਲੋ ਕਰਾਉਣੀਆਂ ਹਾਰਾਂ ਨਾ ਚਲੋ ਕਰਾਉਣੀਆਂ ਹੀ ਨਹੀਂ ਆਪਾਂ ਹੁਣ ਹੁਣ ਨੀ ਬੋਲਣਾ ਮਾਸੀ ਬੋਲਣਾ ਨੀ ਚਲੋ ਜੇ ਹੁਣ ਤੇਰੇ ਗੇੜੇ ਪੁੱਠੇ ਆਏ ਆ ਨਾ ਚੱਕ ਕੇ ਮੈਂ ਰੋੜੇ ਤੇ ਲੈ ਜਾਣੀ ਆ ਮੈਂ ਤੈਨੂੰ ਇੰਨਾ ਦਾ ਚੱਲ ਮਾਸੀ ਚੁੱਪ 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 ਮਾਸੀ ਗੱਲ ਸ਼ੁਰੂ ਕਰ ਬੀਪੀ ਚੈੱਕ ਕਰਨ ਲੱਗਾ ਆ ਉਹਦੇ ਵੈਂਟੀਲੇਟਰ ਨਹੀਂ ਲਾਉਣ ਲੱਗਾ ਮੋੜ ਨਾਲ ਗੱਲ ਕਰਾਤੀ ਕੀ ਕਹਿੰਦਾ ਚੱਲ ਮੰਮੀ ਨੇ ਵੀ ਆਉਣਾ ਚੱਲ ਤੂੰ ਭੈਣ ਜੋ ਉਹਦੀ ਖਬਰ ਲੈਣ ਆਈ ਸੀ ਮੰਜੇ ਤੇ ਆਪ ਬੋਲੀ ਨਾ ਮਾਸੀ ਤੂੰ ਸਵੇਰ ਦਾ ਫੋਨ ਤੇ ਲੱਗਾ ਪਤਾ ਨੀ ਕਿਹਦੇ ਨਾ ਜੇ ਹੁਣ ਬੁੱਢੀ ਤੇਰੇ ਗੋੜੇ ਪੁੱਠੇ ਆ ਗਏ ਨਾ ਚੱਕ ਬੋਲੀ ਨਾ ਬੋਲੀ ਨਾ ਫਿਰ ਮੈਂ ਨਹਾ ਲਵਾਂ ਸਹੀ ਆ 115 ਮਾੜੇ ਦਾ ਥੋੜਾ ਘੱਟ ਆ ਘੱਟ ਆ ਮੈਂ